ਜੀ ਕਿੱਦਾਂ ਸਾਰੇ? ਤੇ ਇੱਕ ਨਵਾਂ ਫੈਕਟ ਲੈ ਕੇ ਆਇਆ, ਫੈਕਟ ਕਹਿ ਲਓ ਜਾਂ ਸਵਾਲ ਆ, ਸ਼ਾਇਦ ਮੈਨੂੰ ਇਸ ਦਾ ਆਂਸਰ ਮਿਲ ਜਾਵੇ। ਪਲੀਜ਼ ਕਮੈਂਟ ਕਰਿਓ ਜੇ ਕਿਸੇ ਨੂੰ ਪਤਾ। ਗੱਲ ਹੈ ਕਿ ਇਹ ਕਿ ਫੀਮੇਲਸ ਨਾਸਤਿਕ ਕਿਉਂ ਨਹੀਂ ਹੁੰਦੀਆਂ? ਤੇ ਜੇ ਤੁਹਾਡੀ ਕੋਈ ਫਰੈਂਡ ਲਿਸਟ 'ਚ ਜਾਂ ਜਿਸ ਨੂੰ ਤੁਸੀਂ ਜਾਣਦੇ ਆ ਕੋਈ ਫੀਮੇਲ ਨਾਸਤਿਕ ਹੋਵੇ ਤਾਂ ਪਲੀਜ਼ ਉਹਨੂੰ ਟੈਗ ਕਰਿਓ ਕਮੈਂਟਾਂ 'ਚ। ਮੈਂ ਆਪਣੀ ਲਾਈਫ 'ਚ ਕੋਈ ਵੀ ਫੀਮੇਲ ਨਾਸਤਿਕ ਨਹੀਂ ਦੇਖੀ। ਤੇ ਜਿਹੜੀ ਕਹਿੰਦੀ ਆਈ ਡੋਂਟ ਬਲੀਵ ਇਨ ਗੋਡ, ਮੈਂ ਨਹੀਂ ਦੇਖੀ ਕੋਈ ਫੀਮੇਲ। ਮੁੰਡੇ ਦਾ ਬਹੁਤ ਮਿਲੇ ਆ ਨਾ, ਆਪਣੇ ਪੰਜਾਬੀ ਮੁੰਡੇ ਮੈਂ ਬਹੁਤ ਜਾਣਦਾ ਜਿਹੜੇ ਨਾਸਤਿਕ ਆ, ਤੇ ਬਟ ਫੀਮੇਲ ਨਹੀਂ ਕਦੀ ਵੀ ਮਿਲੀ। ਇਹਦਾ ਮੈਂ ਉੱਤਰ ਲੱਭਣ ਦੀ ਕੋਸ਼ਿਸ਼ ਕਰ ਰਿਹਾ, ਸ਼ਾਇਦ ਮਿਲ ਜਾਵੇ। ਤੁਸੀਂ ਕਮੈਂਟ ਕਰਕੇ ਦੱਸਿਓ ਕੀ ਰੀਜ਼ਨ ਹੋ ਸਕਦਾ, ਕੋਈ ਵੀ ਕੁੜੀ ਨਾਸਤਿਕ ਕਾਹਤੇ ਨਹੀਂ ਹੁੰਦੀ। ਜਿੱਥੋਂ ਤੱਕ ਮੇਰੀ ਸੋਚਣੀ ਆ, ਕੁੜੀਆਂ ਸੈਂਸਿਟਿਵ ਬਹੁਤ ਹੁੰਦੀਆਂ ਨਾ, ਤੇ ਆਪਣੇ ਘਰ ਬਾਰੇ, ਚਲੋ ਆਪਣੇ ਘਰ ਬਾਰੇ ਤਾਂ ਹਰ ਕੋਈ ਸੋਚਦਾ ਹੀ ਹੁੰਦਾ ਨਾ, ਤੇ ਆਪਣੇ ਪਰਿਵਾਰ ਬਾਰੇ ਬਹੁਤ ਸੋਚਦੀਆਂ ਆ, ਤੇ ਜਾਂ ਤਾਂ ਕਹਿ ਲਓ ਡਰ, ਕਹਿ ਲਓ ਉਹੀ ਡਰ, ਵੀ ਇਹਨਾਂ ਦੇ ਦਿਲ 'ਚ ਡਰ ਹੁੰਦਾ ਜੇ ਅਸੀਂ ਕੋਈ ਅਦ੍ਰਿਸ਼ ਸ਼ਕਤੀ ਗੋਡ ਨੂੰ ਨਾ ਮੰਨਿਆ, ਅਸੀਂ ਉਹਨੂੰ ਪੂਜਣਾ ਛੱਡਤਾ, ਸਾਡੇ ਨਾਲ ਇੱਦਾਂ ਹੋਣ ਲੱਗ ਪਊ ਤੇ ਇੱਦਾਂ ਹੋਣ ਲੱਗ ਪਊ। ਉਹੀ ਜੰਮਦਿਆਂ ਦੇ ਦਿਮਾਗ 'ਚ ਉਹਨਾਂ ਦੇ ਡਰ ਬਿਠਾ ਦਿੱਤਾ ਜਾਂਦਾ ਤੇ ਸਾਰੀ ਉਮਰ ਉਹਦੇ ਨਾਲ ਹੀ ਰਹਿੰਦੀਆਂ। ਦੂਜੀ ਗੱਲ, ਮੇਨ ਰੀਜ਼ਨ ਇਹ ਆ, ਕੋਈ ਗੁੱਸਾ ਨਾ ਕਰਿਓ, ਸੱਚੀ ਗੱਲ ਆ ਭਈ, ਤਰਕ ਤੇ ਘੱਟ ਗੱਲ ਕਰਨ ਵਾਲੀਆਂ ਕੁੜੀਆਂ ਨਾ, ਤਰਕ ਵਾਲੀ ਗੱਲ ਘੱਟ ਹੀ ਕਰਦੀਆਂ, ਸਪੈਸ਼ਲੀ ਪੰਜਾਬੀ ਕੁੜੀਆਂ, ਜੋ ਉਹਨਾਂ ਨੂੰ ਕਰਨੀ ਚਾਹੀਦੀ ਆ ਨਾ ਤਰਕ ਵਾਲੀ ਗੱਲ। ਮੈਂ ਦੇਖਦਾ ਹੁੰਦਾ ਮੋਸਟਲੀ ਕੁੜੀਆਂ ਤਾਂ ਸਿੰਗਰਾਂ ਦੇ ਪੇਜਾਂ ਤੇ ਹੀ, ਬਸ ਸਿੰਗਰ ਫੋਟੋ ਪਾਵੇ, ਮੇਰਾ ਸੋਨਾ ਮੋਨਾ, ਮੇਰਾ ਗੋਲੂ ਮੋਲੂ, ਮੇਰਾ ਬੁਗਲੂ ਬੁਗਲੂ, ਇਹੀ ਕਮੈਂਟ ਕਰਨ ਵਾਲੀਆਂ ਆ, ਤੇ ਬਸ ਉਹਨਾਂ ਨੂੰ ਕੀ ਲੈਣਾ ਦੇਣਾ ਤਰਕਾਂ ਨਾਲ ਕਿ ਨਹੀਂ। ਇੱਥੋਂ ਤੱਕ ਹੀ ਸੋਚ ਆ ਆਪਣੀ ਜਨਰੇਸ਼ਨ ਦੀਆਂ ਕੁੜੀਆਂ ਦੀ। ਮੈਂ ਸਾਰੀਆਂ ਨੂੰ ਨਹੀਂ ਕਹਿਣ ਡਿਆ ਬਈ, ਮਤਲਬ ਮੋਸਟਲੀ 90% ਕਹਿ ਲਓ, ਮੋਸਟਲੀ ਜ਼ਿਆਦਾ ਉਹਨਾਂ ਨੂੰ ਇਹੀ ਆ ਬਈ, ਸਿੰਗਰ ਨੇ ਬਾਲ ਕਿੱਦਾਂ ਰੱਖ ਲਏ, ਸਿੰਗਰ ਨੇ ਆਹ ਕਿੱਦਾਂ ਕਰ ਲਿਆ, ਉਹਨਾਂ ਦੀ ਸੋਚ ਸਿੰਗਰਾਂ ਤੱਕ ਹੀ ਆ, ਗਾਂ ਹੈ ਹੀ ਨਹੀਂ। ਤੇ ਗੱਲ ਉੱਥੇ ਹੀ ਆ ਜਾਂਦੀ ਵੀ ਕੁੜੀਆਂ ਨਾਸਤੇ ਕਿਉਂ ਨਹੀਂ, ਤਰਕ ਤੇ ਗੱਲੇ ਹੀ ਨਹੀਂ ਕਰਨੀ। ਇੱਕ ਐਗਜ਼ਾਮਪਲ ਦਿੰਦਾ, ਮੈਂ ਨਹੀਂ ਕਹਿੰਦਾ ਤੁਸੀਂ, ਤੁਹਾਡੀ ਜੇ ਕਿਤੇ ਸ਼ਰਧਾ ਤੁਸੀਂ ਨਾ ਮੰਨੋ, ਤੁਸੀਂ ਮੰਨੋ ਜਿੱਥੇ ਤੁਹਾਡੀ ਸ਼ਰਧਾ, ਸਾਨੂੰ ਮੰਨਣਾ ਚਾਹੀਦਾ ਨਾ ਜਿੱਥੇ ਤੁਹਾਡੀ ਸ਼ਰਧਾ ਆ। ਇੱਕ ਗੋਰੇ ਨੇ ਬਹੁਤ ਵਧੀਆ ਗੱਲ ਕਹੀ, ਕਹਿੰਦਾ ਜੇ ਕਿਸੇ ਨੂੰ ਕਿਹਾ ਜਾਵੇ ਭਈ ਇੱਥੇ ਰੰਗ ਕੀਤਾ, ਪੇਂਟ ਕੀਤਾ, ਇਹ ਗਿੱਲਾ ਆ, ਇੱਥੇ ਹੱਥ ਨਾ ਲਾਇਓ, ਪਰ ਲੋਕਾਂ ਨੇ ਹੱਥ ਲਾ ਲਾ ਕੇ ਦੇਖਣਾ ਕਿ ਸੱਚੀ ਗਿੱਲਾ ਆ। ਤੇ ਜੇ ਕਿਹਾ ਜਾਵੇ ਉਹਨਾਂ ਨੂੰ ਭੀ ਕੋਈ ਅਦ੍ਰਿਸ਼ ਸ਼ਕਤੀ ਸੰਸਾਰ ਨੂੰ ਚਲਾਉਣ ਡਈ, ਉਹਨੇ ਕਹਿਣਾ ਹਾਂ ਚਲਾਉਣ ਡਈ ਆ, ਮੰਨ ਲੈਣਾ। ਜੇ ਕਿਹਾ ਜਾਵੇ ਭਈ ਆ ਇੱਥੇ ਪੇਂਟ ਕੀਤਾ, ਇਹਨੂੰ ਹੱਥ ਨਾ ਲਾ, ਉਹਨੂੰ ਹੱਥ ਲਾਉਣਾ। ਦੂਜੀ ਗੱਲ ਇਹ, ਜਿਹੜੇ ਬਾਬੇ ਆਉਂਦੇ ਜਾਂ ਪਾਉਣ ਆਉਂਦੀ, ਉਹ ਵੀ ਜ਼ਿਆਦਾਤਰ ਔਰਤਾਂ 'ਚ ਹੀ ਆਉਂਦੀ ਆ, ਇੱਦਾਂ ਧੋਣੀਆਂ ਨਹੀਂ ਸਿਰ ਵਾਲ ਖੋਲ ਕੇ, ਪਾਉਣ ਵੀ ਔਰਤਾਂ 'ਚ ਹੀ ਆਉਂਦੀ ਆ। ਤੇ ਪਲੀਜ਼ ਆਂਸਰ ਦਿਓ ਜੇ ਕਿਸੇ ਨੂੰ ਪਤਾ ਵੀ ਕੁੜੀਆਂ ਨਾਸਤਿਕ ਕਿਉਂ ਨਹੀਂ। ਤੇ ਹਾਂ, ਦੂਜੀ ਗੱਲ ਇਹ, ਅੱਗੇ ਮੈਂ ਵੀ ਬਥੇਰੀ ਚੈਟ ਕੀਤੀ ਆ ਪਿਛਲੇ 5-7 ਸਾਲ, ਚਲੋ ਹੁਣ ਤਾਂ ਛੱਡਤੀ, ਮੇਰਾ ਬਹੁਤ ਵਾਹ ਪਿਆ ਕੁੜੀਆਂ ਨਾਲ ਨਾ, ਤੇ ਬਹੁਤ ਧਾਰਮਿਕ ਕੁੜੀਆਂ ਟੱਕਰੀਆਂ ਨਾ, ਤੇ ਬਾਈ ਸ਼ਰਧਾ ਉਹਨਾਂ ਦੀ ਪੁੱਛੋ ਨਾ ਕਿੰਨੀ ਹੁੰਦੀ ਸੀ ਨਾ, ਤੇ ਉਹਨਾਂ ਨੂੰ ਪੁੱਛਣਾ ਕੀ ਹੋਇਆ, ਮਤਲਬ ਹਰੇਕ ਦੀ ਲਾਈਫ 'ਚ ਪ੍ਰੋਬਲਮ ਆਉਂਦੀ ਹੈ ਨਾ, ਤੇ ਪੁੱਛਣਾ ਕੀ ਹੋਇਆ, ਤੇ ਮੋਰੇ ਉਹਨਾਂ ਦੇ ਇਹੀ ਜਵਾਬ ਹੋਣਾ, ਕੋਈ ਨਹੀਂ, ਜਿਨ੍ਹਾਂ 'ਚ ਉਹਨਾਂ ਦੀ ਸ਼ਰਧਾ ਹੁੰਦੀ, ਕੋਈ ਨਹੀਂ, ਮੇਰੇ ਗੋਡ ਨੇ ਸਭ ਕੁਝ ਠੀਕ ਕਰ ਦੇਣਾ, ਉਹ ਮੇਰੀ ਪ੍ਰੀਖਿਆ ਲੈਂਦਾ ਆ। ਬਾਈ ਲੋਕਾਂ ਦਾ ਗੋਡ ਸਾਰੀ ਉਮਰ ਉਹਨਾਂ ਦੀ ਪ੍ਰੀਖਿਆ ਹੀ ਲੈਂਦਾ ਰਹਿੰਦਾ, ਉਹ ਵਿਚਾਰੇ ਰੋਂਦੇ ਹੀ ਸੰਸਾਰ ਤੋਂ ਤੁਰ ਜਾਂਦੇ ਆ, ਤੇ ਜਿਹੜੇ ਨਜ਼ਾਰੇ ਲੈਣ ਵਾਲੇ ਬਾਦਲ ਹੁਣ ਆ ਕੇ ਉਹ ਲਈ ਜਾਂਦੇ ਆ। ਮੈਂ ਬਹੁਤ ਦੇਖਿਆ ਆਪਣੇ ਬਚਪਨ ਤੋਂ ਹੁਣ ਤੱਕ ਬਈ, ਜਿਹੜੇ ਜ਼ਿਆਦਾ ਧਾਰਮਿਕ ਹੁੰਦੇ ਉਹਨਾਂ ਨੂੰ ਬੜੇ ਲਾਈਕ ਕਠਿਨਾਈਆਂ ਲਾ ਲਓ, ਪਰੇਸ਼ਾਨੀਆਂ ਲਾ ਲਓ ਨਾ, ਬੜਾ ਕੁਛ ਝੇਲਣਾ ਪੈਂਦਾ ਉਹਨਾਂ ਦਾ, ਬਸ ਇਹੀ ਹੁੰਦਾ ਜੀ ਆਪਾਂ ਧਾਰਮਿਕ ਬਹੁਤ ਆ, ਸਾਡੀ ਪ੍ਰੀਖਿਆ ਲੈ ਹੁੰਦੀ ਆ, ਸਾਰੀ ਉਮਰ ਪ੍ਰੀਖਿਆ ਦਿੰਦੇ ਹੀ ਤੁਰ ਜਾਂਦੇ ਆ, ਜਿਹੜੇ ਨਜ਼ਾਰੇ ਲੈਣ ਵਾਲੇ ਉਹ ਲਈ ਜਾਂਦੇ ਆ, ਨਹੀਂ।
ਤੇ ਬਾਕੀ ਜੇ ਕਿਸੇ ਕੋ ਜਵਾਬ ਹੋਇਆ ਇਹਦਾ ਵੀ ਕੁੜੀਆਂ ਨਾਸਤਿਕ ਕਿਉਂ ਨਹੀਂ, ਤੇ ਜੇ ਕੋਈ ਨਾਸਤਿਕ ਕੁੜੀ ਤੁਹਾਡੀ ਫਰੈਂਡ ਲਿਸਟ 'ਚ ਆ ਪਲੀਜ਼ ਟੈਗ ਕਰੋ, ਮੈਂ ਵੀ ਦੇਖ ਲਵਾਂ। ਮੈਂ ਅੱਜ ਤੱਕ ਕੋਈ ਪੰਜਾਬੀ ਕੁੜੀ ਨਾਸਤਿਕ ਨਹੀਂ ਦੇਖੀ। ਤੇ ਗੱਲਾਂ ਕਰਦਾ ਇੰਦਰਜੀਤ ਸਿੰਘ, ਤੂੰ ਨਾਸਤਿਕ ਦਾ ਦੀਆਂ ਗਲ 'ਚ ਬਾਬਿਆਂ ਦਾ ਧਾਗਾ ਪਈ ਫਿਰਦਾ, ਘੁੱਟ ਹੋਣ ਲੱਗ ਪਿਆ ਧਾਗਾ, ਹੋਰ ਨਾ ਮੇਰੇ ਸੁੱਤੇ ਪੈਦਾ ਗਲੀ ਘੁੱਟ ਹੋ ਜਾਵੇ ਭਰਾਵੋ, ਇਹਨੂੰ ਖੋਲਾਂ ਪਹਿਲਾਂ ਤੇ ਐਵੇਂ ਮੇਰਾ ਹੀ ਕਾਲ ਚਲਾਣਾ ਹੋ ਜਾਵੇ। ਤੇ ਫਿਰ ਕਰਿਓ ਕਮੈਂਟ ਜੇ ਕੋਈ ਜਾਣਦਾ, ਤੇ ਫਿਰ ਕਰਦਾ ਅਗਲੀ ਵੀਡੀਓ। ਇੱਕ ਦੇਸ਼ ਹੈ ਅਮਰੀਕਾ ਦੇ ਕੋਲ, ਉੱਥੇ ਤੁਹਾਨੂੰ ਵੀਜ਼ੇ ਦੀ ਲੋੜ ਹੀ ਨਹੀਂ, ਤੇ ਇੱਕ ਦੇਸ਼ ਹੈ ਯੂਰਪ ਦਾ, ਉੱਥੇ ਤੁਹਾਨੂੰ ਵੀਜ਼ੇ ਦੀ ਲੋੜ ਹੀ ਨਹੀਂ। ਇੰਡੀਆ ਵਾਲਿਆਂ ਨੂੰ ਤੁਸੀਂ ਜਾ ਸਕਦੇ ਆ, ਏਜੰਟਾਂ ਤੋਂ ਤੁਹਾਨੂੰ ਬਚਾਉਣ ਲਈ ਆ ਗਿਆ ਸ਼ਕਤੀਮਾਨ ਇੰਦੀ ਜਸੋਵਾਲ। ਅਗਲੀ ਵੀਡੀਓ ਦੱਸਦਾ ਯੂਰਪ ਦਾ ਕਿਹੜਾ ਦੇਸ਼ ਆ, ਤੁਸੀਂ ਠਾ ਨੋ ਨੀਡ ਵੀਜ਼ਾ ਜਾ ਸਕਦੇ ਆ। ਆ ਵੀਡੀਓ ਪਲੀਜ਼ ਸ਼ੇਅਰ ਕਰਿਓ ਵੱਧੋ ਵੱਧ, ਤੇ ਹੱਸਦੇ ਰਹੋ ਬੱਸਦੇ ਰਹੋ। ਇੰਦੀ ਜਸੋਵਾਲ ਧਾਗਾ ਤੋੜ ਦੇਣਾ। ਅਡੀਓਸ ਅਡੀਓਸ।